ਗੈਂਗਸਟਰ ਲਾਰੈਂਸ ਬਿਸ਼ਨੋਈ ਦੇ CIA ਖਰੜ ਵਿੱਚ ਹੋਏ ਇੰਟਰਵਿਊ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਸੀਗਾ ਕਿ ਅਫਸਰਾਂ ਦੇ ਨਾਂ ਦੱਸੇ ਜਾਣ ਤੇ ਕਾਰਵਾਈ ਕੀ ਕੀਤੀ ਹੈ ਉਹ ਵੀ ਦੱਸਿਆ ਜਾਏ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਆਖਿਰਕਾਰ ਉਹ 4 ਅਫਸਰਾਂ ਦੇ ਨਾਂ ਦਿੱਤੇ ਗਏ ਔਰ ਇਹ ਕਿਹਾ ਗਿਆ ਕਿ ਜਿਹੜਾ ਇੰਟਰਵਿਊ CIA ਖਰੜ ਵਿੱਚ ਹੋਇਆ ਹੈ ਉਹ ਮੋਹਾਲੀ ਪੁਲਿਸ ਦੇ ਅਧੀਨ ਆਉਂਦਾ ਸੀ, ਇਸ ਕਰਕੇ ਜਿਹੜੇ ਅਫਸਰ ਨੇ ਮੋਹਾਲੀ ਪੁਲਿਸ ਦੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਇਸੇ ਨੂੰ ਦੇਖਦੇ ਹੋਏ ਜਿਹੜੇ ਉਸ ਟਾਈਮ ਅਫਸਰ ਸੀਗੇ IPS SSP ਮੋਹਾਲੀ ਵਿਵੇਕਸ਼ੀਲ ਸੋਨੀ, DSP ਗੁਰਸ਼ੇਰ ਸਿੰਘ, SP ਅਮਨਦੀਪ ਸਿੰਘ ਬਰਾੜ ਤੇ CIA ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੇ ਖਿਲਾਫ ਪੰਜਾਬ ਸਰਕਾਰ ਨੇ ਸ਼ੋਅ ਕਾਜ਼ ਨੋਟਿਸ ਜਾਰੀ ਕਰ ਦਿੱਤਾ ਹੈ। ਇਸੇ ਹਾਈ ਕੋਰਟ ਵਿੱਚ ਜਦੋਂ ਇਹ ਪੁੱਛਿਆ ਗਿਆ ਕਿ ਇਹ ਅਫਸਰ ਹੁਣ ਕਿੱਥੇ ਪੋਸਟਡ ਨੇ ਔਰ ਇੰਨੀ ਦੇਰ ਬਾਅਦ ਸਿਰਫ ਸ਼ੋਅ ਕਾਜ਼ ਨੋਟਿਸ ਹੀ ਕਿਉਂ, ਤਾਂ ਸਰਕਾਰੀ ਵਕੀਲ ਨੇ ਕਿਹਾ ਕਿ ਜਿੱਦਾਂ ਹੀ ਨਾਮ ਆਏ ਅਸੀਂ ਪਹਿਲਾਂ ਉਹਨਾਂ ਨੂੰ ਸ਼ੋਅ ਕਾਜ਼ ਨੋਟਿਸ ਦੇ ਦਿੱਤਾ ਗਿਆ। ਹੁਣ ਅਗਲੀ ਸੁਣਵਾਈ ਵਿੱਚ ਕੋਰਟ ਨੇ ਇਹ ਵੀ ਪੁੱਛਿਆ ਹੈ ਕਿ ਇਹਨਾਂ ਅਫਸਰਾਂ ਦੀ ਪੋਸਟਿੰਗ ਤੇ ਪਲੱਸ ਸ਼ਿਵ ਕੁਮਾਰ ਨੂੰ ਐਕਸਟੈਂਸ਼ਨ ਜਿਹੜੀ ਰਿਟਾਇਰਮੈਂਟ ਦਾ ਦਿੱਤੀ ਗਈ ਹੈ ਕਿਸ ਆਧਾਰ ਦਿੱਤੀ ਗਈ ਹੈ, ਉਸ ਸਵਾਲਾਂ ਦੇ ਜਵਾਬ ਵੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੰਗ ਲਏ ਹੈ। ਵੀਡੀਓ ਜਰਨਲਿਸਟ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18, ਚੰਡੀਗੜ੍ਹ।